ਕਲੱਬ ਘਾਲਕਲਾਂ ਦੇ ਡਰੋਲੀ ਭਾਈ ਦੀਆਂ ਟੀਮਾਂ ਖੇਡ ਮੈਦਾਨ ਵੱਲ ਪੁੱਜਣ। ਦੋਵਾਂ ਟੀਮਾਂ ਨੂੰ ਆਖਰੀ ਕਾਲ ਆ, ਦੋਵਾਂ ਟੀਮਾਂ ਨੂੰ ਆਖਰੀ ਕਾਲ ਮੇਰੇ ਵੀ। ਕੋਈ ਮੈਚ ਅੱਗੇ ਪਿੱਛੇ ਨਹੀਂ ਕੀਤਾ ਜਾਵੇਗਾ, ਸਾਰੇ ਖਿਡਾਰੀ ਸਤਿਕਾਰਯੋਗ ਨੇ, ਸਾਰਿਆਂ ਨੂੰ ਇੱਕੋ ਜੀ। ਯਾਦ ਕਲੱਬ ਘਾਲਕਲਾਂ ਵਾਰਸੀ ਡਰੋਲੀ ਭਾਈ ਦੀਆਂ ਟੀਮਾਂ, ਦੋਵੇਂ ਟੀਮਾਂ ਖੇਡ ਮੈਦਾਨ ਜੁੜਨ। ਯਾਦ ਕਲੱਬ ਘਾਲਕਲਾਂ ਦੇ ਡਰੋਲੀ ਭਾਈ ਦੀਆਂ ਟੀਮਾਂ, ਦੋਵੇਂ ਹੀ ਟੀਮਾਂ ਖੇਡ ਮੈਦਾਨ ਨਾਲ ਜੁੜਨ। ਦੋਵਾਂ ਟੀਮਾਂ ਨੂੰ ਬੇਨਤੀ ਆ, ਦੋਵੇਂ ਹੀ ਟੀਮਾਂ ਖੇਡ ਮੈਦਾਨ ਨਾਲ ਜੁੜਨ। ਵਾਰ ਵਾਰ ਅਨਾਊਂਸ ਕਰ, ਮੇਰਾ ਫਰਜ਼ ਮੈਂ ਪੂਰਾ ਕਰ ਰਿਹਾ। ਖੜੀ ਵੀਰੋ, ਗੱਬਰ ਸਾਉਣ ਦੀ ਆਵਾਜ਼ ਹਰਦਾਸ ਸਿੰਘਰ ਜਾ ਰਹੀ ਆ। ਦੋਵੇਂ ਹੀ ਟੀਮਾਂ ਨੋਟ ਕਰਨ, ਯਾਰ ਕਲੱਬ ਘਾਲਕਲਾਂ ਦੇ ਡਰੋਲੀ ਭਾਈ, ਦੋਵੇਂ ਟੀਮਾਂ ਖੇਡ ਮੈਦਾਨ ਵੱਲ ਕੂਚ ਕਰਨ। ਹੈਲੋ, ਹੈਲੋ ਦਰਸ਼ਕ ਨੋਟ ਕਰ, ਜੋ ਸਕੂਲ ਦੇ ਕਮਰੇ ਦੀ ਛੱਤ ਆ ਜਿੱਥੇ ਲੋਹੇ ਦੀਆਂ ਗ੍ਰਿਲਾਂ ਲੱਗੀਆਂ, ਉੱਥੇ ਮੇਰੇ ਵੀਰ ਨਾਲ ਹਨ। ਉੱਥੇ ਕਰੰਟ ਆਉਂਦਾ, ਕੋਈ ਸੱਜਣ ਸਕੂਲ ਦੀ ਉੱਪਰ ਨਾ ਚੜੇ, ਆਪਣੀ ਕੇਅਰ ਵਾਸਤੇ ਤਿਆਰ ਰੱਖਾਂ ਮੇਰੇ ਵੀਰ। ਯਾਰ ਕਲੱਬ ਘਾਲਕਲਾਂ ਵਾਸੀ ਡਰੋਲੀ ਭਾਈ, ਦੋਵੇਂ ਹੀ ਟੀਮਾਂ ਖੇਡ ਮੈਦਾਨ ਵੱਲ ਪੁੱਜਣ। ਕਰੋੜ ਕਰੋੜ ਕਲਾਂ ਦੇ ਖੇਡ ਮੇਲੇ ਦੀਆਂ ਤਰੀਕਾਂ ਇਸ ਪ੍ਰਕਾਰ ਨੇ, 13, 14, 15 ਸਤੰਬਰ। ਪਹਿਲਾ ਨਾਮ 51,000 ਰੁਪਏ, ਦੂਸਰਾ ਪ੍ਰਾਈਜ਼। ਹੈਲੋ, ਬਾਬਾ ਸ਼ੰਕਰਪੁਰੀ ਕਲੱਬ ਸਾਧੂ ਪੜਾਣਾ, ਇਹ ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਪੁੱਜਣ। ਬਾਬਾ ਸ਼ੰਕਰਪੁਰੀ ਕਲੱਬ ਸਾਧੂ ਵਾਲਾ ਪੜਾਣਾ, ਇਹ ਦੋਵੇਂ ਟੀਮਾਂ ਖੇਡ ਮੈਦਾਨ ਵੱਲ ਕੂਚ ਕਰਨ। ਦੋਵਾਂ ਟੀਮਾਂ ਨੂੰ ਸਿਰਫ ਇੱਕ ਮਿੰਟ ਦੀ ਕਾਲ। ਯਾਰ ਕਲੱਬ ਘਾਲਕਲਾਂ ਤੇ ਡਰੋਲੀ ਭਾਈ ਟੀਮ, ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਪੁੱਜਣ। ਦੋਵੇਂ ਟੀਮਾਂ ਨੂੰ ਹੈਲੋ, ਯਾਰ ਕਲੱਬ ਘਾਲਕਲਾਂ ਅੰਬੂ ਵੀਰ ਰਹਿੰਦੇ ਪਲੇਅਰ ਵੀ ਖੇਡ ਮੈਦਾਨ ਵੱਲ।
ਸਾਡੀ ਸਮੁੱਚੀ ਕਮੇਟੀ ਵੱਲੋਂ 1100 ਰੁਪਏ ਤੇ 1100 ਤੋਂ ਉੱਪਰ ਜਿਨ੍ਹਾਂ ਨੇ ਸਾਨੂੰ ਯੋਗਦਾਨ ਪਾਇਆ ਇਸ ਮੇਲੇ ਦੇ ਵਿੱਚ ਸਵਾਮੀ ਸ਼ਾਂਤਰਾਪੁਰੀ ਕਬੱਡੀ ਖੇਡ ਮੇਲੇ ਦਾ ਉਹਨਾਂ ਦੇ ਅਸੀਂ ਸਨਮਾਨ ਦੇਣ ਜਾ ਰਹੇ ਹਾਂ ਜੀ। ਸੋ ਗੁਜ਼ਾਰਿਸ਼ ਕਰਦੇ ਹਾਂ ਅਸੀਂ ਜਿਨ੍ਹਾਂ ਜਿਨ੍ਹਾਂ ਦੇ ਮੈਂ ਨਾਮ ਬੋਲੀ ਜਾ ਰਿਹਾ ਸੋ ਉਹ ਆ ਕੇ ਆਪਣੇ ਆਪਣੇ ਸਨਮਾਨ ਲੈ ਜਾਣ ਜੀ। ਸੋ ਉਹਨਾਂ ਗੋਲ ਸੁਣ ਲਓ, ਸਰਗਵਾਸ ਜਸਮੇਲ ਕੌਰ। ਸੋ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਆ ਕੇ ਸਾਡੇ ਤੋਂ ਸਨਮਾਨ ਲੈ ਜਾਵੇ। ਸਰਦਾਰ ਸੁਖਤਾਰ ਸਿੰਘ ਸੰਧੂ ਸਾਹਿਬ, ਸਰਦਾਰ ਸਤਾਰਾ ਸਿੰਘ, ਸਤਨਾਮ ਸਿੰਘ ਸਨਫ, ਸਰਦਾਰ ਹਰਿੰਦਰ ਸਿੰਘ ਸੰਧੂ, ਸੂਬਾ ਗਠਵਾਲ, ਗੁਰਬਚਨ ਸਿੰਘ ਸਿਵੀਆ, ਪ੍ਰੀਤਮ ਸਿੰਘ, ਡਾਕਟਰ ਅਮਜੀਤ ਸਿੰਘ ਰਿੰਕੂ, ਸਰਦਾਰ ਸਿੰਘ ਕਾਹਨ ਸਿੰਘ, ਹਰਜਿੰਦਰ ਸਿੰਘ ਸੇਵਾ ਸਲਾਹਕਾਰ, ਅਜੈਬ ਸਿੰਘ, ਰਘਵੀਰ ਸਿੰਘ, ਜਗਰੂਪ ਸਿੰਘ ਸੰਧੂ, ਜਸਵੰਤ ਸਿੰਘ, ਬਸੰਤ ਸਿੰਘ, ਸਰਦਾਰ ਟੇਕ ਸਿੰਘ, ਸਰਦਾਰ ਗੁਰਦੇਵ ਸਿੰਘ, ਅਜਮੇਰ ਸਿੰਘ, ਮਾਰ ਕੁਲਵਿੰਦਰ ਸਿੰਘ, ਛਿੰਦਾ ਸਿੰਘ, ਸਰਦਾਰ ਅਮੋਲਕ ਸਿੰਘ, ਸਰਦਾਰ ਨਿਸ਼ਤ ਸਿੰਘ, ਸੁਖਵਿੰਦਰ ਸਿੰਘ, ਨਿੱਕਾ ਮੇਰਾ ਵੀਰ, ਸਰਦਾਰ ਚਰਨ ਸਿੰਘ ਵਾਲਾ, ਜਵਾਹਰ ਸਿੰਘ ਵਾਲਾ, ਨਿਰਮਲ ਸਿੰਘ ਨਰੇਗਾ ਪ੍ਰਧਾਨ, ਸਰਦਾਰ ਨਾਰ ਸਿੰਘ, ਜਸਵਿੰਦਰ ਸਿੰਘ ਡੱਸਾ, ਰੋਸ਼ਨ ਸਿੰਘ ਵੱਧਣ, ਹਰਬੰਸ ਸਿੰਘ, ਮਲਕੀਤ ਸਿੰਘ, ਕੋਮਲਪ੍ਰੀਤ, ਵਿਸ਼ਾਲ, ਹਾਕਮ ਸਿੰਘ, ਇਕਬਾਲ ਸਿੰਘ ਸਨਫ ਥਾਣਾ ਸਿੰਘ, ਨਿਸ਼ਤ ਸਿੰਘ, ਮੈਂ ਪਹਿਲਾਂ ਵੀ ਅਨਾਊਂਸ ਕੀਤਾ ਸੀ ਜਿਨ੍ਹਾਂ ਨੇ 1100 ਉੱਪਰ ਇਸ ਮੇਲੇ ਵਿੱਚ ਯੋਗਦਾਨ ਪਾਇਆ ਉਹਨਾਂ ਸਾਨੂੰ ਮੈਂ ਨਾਂ ਅਨਾਊਂਸ ਕਰਨ ਆ ਰਿਹਾ। ਸੋ ਸਾਰੇ ਆ ਕੇ ਹਰ ਇੱਕ ਪਰਿਵਾਰ ਦੇ ਇੱਕ ਮੈਂਬਰ ਆ ਕੇ ਸਾਡੇ ਸਨਮਾਨ ਚੰਨ ਲੈ ਜਾਓ। ਸੋ ਸਾਰਿਆਂ ਨੂੰ ਗੁਜ਼ਾਰਿਸ਼ ਹੈ ਜੀ, ਕੈਲ ਸਿੰਘ, ਮਾਨ ਸਿੰਘ ਸਰਫ, ਦਰਸ਼ਨ ਸਿੰਘ, ਮੇਜਰ ਸਿੰਘ ਸਰਪੰਚ, ਹਰਪਾਲ ਸਿੰਘ, ਚਮਕੌਰ ਸਿੰਘ ਸੇਖਵਾਂ, ਜਸਵੀਰ ਸਿੰਘ ਮਿਸਤਰੀ ਸਾਹਿਬ, ਸਰਦਾਰ ਬਲਦੇਵ ਸਿੰਘ ਮਿਸਤਰੀ, ਸਵਰਗਵਾਸੀ ਸਰਦਾਰ ਜਗੀਰ ਸਿੰਘ ਪੰਚ, ਬਾਬਾ ਬਲਕਾਰ ਸਿੰਘ, ਇਸ਼ੂ ਬੱਧਣ, ਸਿੰਦਰ ਸਿੰਘ ਸਨਫ, ਜਸਵੰਤ ਸਿੰਘ, ਸੰਤੋਖ ਸਿੰਘ ਨੰਬਰਦਾਰ, ਪ੍ਰੀਤਮ ਸਿੰਘ ਸੰਧੂ, ਮਾਗਰ ਸਿੰਘ, ਸੋ ਜੀ ਦੂਜੇ ਰਾਉਂਡ ਦੀਆਂ ਅਸੀਂ ਟਾਈਆਂ ਕੱਢ ਦਿੱਤੀਆਂ। ਆਜ਼ਾਦ ਕਲੱਬ ਘੱਲ ਕਲਾਂ ਦੇ ਡਰੋਲੀ ਭਾਈ, ਜਿਹੜਾ ਇਹਨਾਂ ਪਹਿਲਾ ਮੈਰ ਹੈ, ਬਾਬਾ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਭਰਾਣਾ ਏ, ਹਰ ਰਾਏ ਕਲੱਬ ਡਰੂ, ਬਾਬਾ ਹਰੀਦਾਸ ਕਲੱਬ ਤਲਵੰਡੀ ਭਾਈ ਰੱਜੀ ਵਾਲਾ, ਬਾਬਾ ਹੀਰਾਦਾਸ ਕਲੱਬ ਮਾਲਾ ਕਲਾਂ, ਸ਼ੂਸ਼ਕ ਸੇਲਵਰਾ ਭੰਗਰ ਝੰਡਿਆਣਾ ਲੰਡੇ, ਬਾਬਾ ਪ੍ਰਾਤਸ਼ਾਹ ਕਲੱਬ ਚੰਦੜ ਇੰਦਗੜ ਘੋਰੀਆ ਕਲਾਂ, ਚੋਲਾ ਸਾਹਿਬ ਬਘੇਲਾ ਮਹੇਸ਼ ਮਣੀ ਜੀ ਕਲੱਬ, ਬਾਬਾ ਸ਼ੰਕਰਾਪੁਰੀ ਕਲੱਬ ਸਾਧੂ ਵਾਲਾ ਪੜਾਣਾ ਏ, ਹਰ ਰਾਏ ਕਲੱਬ ਡਗਰੂ ਤੇ ਬਾਬਾ ਹਰੀਦਾਸ ਕਲੱਬ ਤਲਵੰਡਾ। ਜਲਦੀ ਜਲਦੀ ਗਰਾਊਂਡ 'ਚ ਪਹੁੰਚੋ, ਡਗਰੂ ਤੇ ਤਲਵੰਡੀ ਪਹੁੰਚੇ, ਉਹ ਸਾਡਾ ਪਿੰਡ ਸਾਧੂ ਵਾਲਾ ਦੇ ਪੜਾਣਾ ਏ, ਜਲਦੀ ਤੋਂ ਜਲਦੀ ਪਹੁੰਚੋ ਜੀ। ਸਾਡੇ ਮੈਤਰੀ ਸਾਹਿਬ ਜਸੀਰ ਸਿੰਘ ਜੀ, ਸਰਦਾਰ ਪ੍ਰੀਤਮ ਸਿੰਘ, ਉਹਨਾਂ ਬੇਰਾ ਸਰਦਾਰ ਰਘਵੀਰ ਸਿੰਘ ਸੰਧੂ, ਜਿਹਨਾਂ ਦੇ 1100 ਤੋਂ ਉੱਪਰ ਸਾਡੇ ਵੇਲੇ ਦੇ ਵਿੱਚ ਯੋਗਦਾਨ ਪਾਇਆ, ਸਾਰਿਆਂ ਦਾ ਅਸੀਂ ਸਨਮਾਨਿਤ ਕਰ ਰਹੇ ਹਾਂ, ਸਨਮਾਨ ਚੰਨ ਦੇਣੇ ਹੈ ਤੁਹਾਡੀ ਕਮੇਟੀ ਵੱਲੋਂ। ਸੋ ਗੁਜ਼ਾਰਿਸ਼ ਹੈ ਜੀ, ਜਗਰੂਪ ਸਿੰਘ ਰੂਪਾ, ਮੇਰਾ ਵੀ ਰੂਪਾ ਜਗਰੂਪ ਸਿੰਘ, ਸਰ ਸਵਰਗ ਸਰ ਰੋਲ ਸਿੰਘ ਉਹਨਾਂ ਦਾ ਬੇਟਾ,
सरदार सुरेंद्र सिंह सानव सरदार जसवंत सिंह ਉਹ ਵੀ ਇੱਥੇ ਪਹੁੰਚਣ ਦਾ ਸਨਮਾਨ ਚੰਨ ਸਾਡੇ ਤੋਂ ਲੈ ਜਾਣਾ ਸੰਤੋਖ ਸਿੰਘ ਨੰਬਰ ਸੋ ਜੀ ਜਿੰਨਾ ਜਿੰਨਾ ਨੇ ਵੀ 1100 ਤੋਂ ਵੱਧ ਯੋਗਦਾਨ ਪਾਇਆ ਸੋ ਜੀ ਡਗਰੂ ਮੱਲਾ और जी जिन्हें 1100 तो बाद योगदान पाया साडे इस स्वामी शंकरपुरी महाराज जी उन्होंने मेले के साडे बहुत ही सत्कार दे चेहरे दर्शन सिंह उन्होंने सम्मान चिन्ह उन्होंने दिता जा रहा है जगसीर सिंह मिस्त्री साहब बाबा शंकरापुरी क्लब साधु वाले के पुराने हर राज क्लब डागू ते व्यापारी दास कपतल मंडी भाई जल्दी पहुंचो जल्दी जल्दी ग्राउंड पहुंचो जी डागू ते तवंडी भाई राजीव वाला माला कला सरदार सुखदेव सिंह सरनव सरनिहाल सिंह सरदार रघवीर सिंह सरनव सर रतन सिंह तो जी जिन्ना जिन्ना दसों अनाउंस कर रहे हैं तो जल्दी पहुंचो निका मेरा निका और जी सरदार संतोख सिंह उन्होंने बेटा लखा अपना सम्मान चल रहे हैं और जी गुजार साहब बाबा शंकरापुरी क्लब साधु वाला प्राणा ए हर राय क्लब डगरू बाबा हरी क्लब तलवंडी भाई रजी वाला बाबा हरिदास क्लब माला शूषक सेल वाला सो एक मिनट तो पहला एक खिलाड़ी कपड़े तरह ग्राउंड पहुंचो बाबा शंकरापुरी क्लब साधु वाला पढ़ाना है हर राय क्लब डगरू बाबा हीरा दास तलवंडी भाई रजीवाल बाबा हीरा दास क्लब मारा कला शूषक सेलवारा भांगर झंडियाना हर जी लास्ट कॉल है बाबा शंकरापुरी क्लब साधु वाला ते पढ़ा ए नू बाबा हर राय क्लब डगरू ते बाबा हरिदास क्लब तलवंडी भाई सो लास्ट एक मिनट जी उस तो बाद टीम कर देनी है बाबा शंकरापुरी क्लब साधु वाला पढ़ाना है बाबा हर राय क्लब डगरू बाबा हरिदास क्लब तलवंडी भाई रजीवा बाबा हीरा दास क्लब माला कला शूषक सेलवरा भांगर झंडियाना लंडे बाबा मुराद शाह क्लब चंदड़ इंदगढ़ कोलिया का टोला साहब और बघेला महेश मुनि क्लब सो जल्दी तो जल्दी कपड़े तारो ग्राउंड दे विच आ जाओ बाबा शंकरापुरी क्लब साधु वाला पढ़ाना है बाबा हराए क्लब डगरू बाबा हरिदास क्लब तलवंडी भाई आ जी गुजरशाह तलवंडी भाई वालों पता करो पं सत्तर घर तो इतने सब वाले की हाथ नहीं लगते हैं तलवंडी भाई गुजारिश है बाबा हर राय क्लब डगरू से तलवंडी भाई जल्दी से जल्दी पहुंचो जी लास्ट का मिनट है बाबा शंकरापुरी क्लब साधु वाला पढ़ाना है सो आधा मिनट जो दिता जाना लास्ट साधु वाले पढ़ाना है डगरू हीरा दास क्लब तलवंडी भाई रजी वाला बाबा हीरा दास क्लब मा जल्दी जल्दी कपड़े तार क्या हो जी गुजारिश करी जा तो साडे पिंड की टीम गुजारिश बाबा शंकरापुरी क्लब साधु वाला पढ़ाना है हर राय क्लब डगरू बाबा हरिदास क्लब तलवंडी भाई
डॉक्टर तलवंडी भाई पहुंचो जी। सो लास्ट टूर्नामेंट है, जे खेडना तां वी दस्सो, नहीं खेडना तां वी दस्सो मेरे वीर डगरू वाले ते तलवंडी भाई साधवा पढ़ाना है। रजीवाल बाबा हीरा दास क्लब माला शूषक ते सेल वाला। सो लास्ट एक मिनट है जी, सारिया टीमों जड़ी टीम पहला आऊगी ओदी पहली रेड है। तो सारी कमेटी वालों फैसला, जड़ी टीम पहले आऊगी ओदी पहली रेड है जी। बाबा शंकरा प्रताप साधु वाला पढ़ा ए हर बहार राय क्लब डगरू, बाबा हरिदास क्लब तलवंडी भाई, रजीवाल बाबा हीरा दास क्लब माला कला शूषक सेल वाला। सो जड़ी टीम पहले पहुंचूगी आजाद क्लब ढालका ते डोली पई, जड़ी टीम पहला आऊगी ओदी पहली रेड है। हेलो ईशु रतन जहां गोगा में इसके जितने जो आज संधा हुए स्टेज को ले पहुंचे स्वर्गवासी वीर सिंह का कोई परिवार का मेंबर मनप्रीत इतने आया सिंगर हेलो लाजमन सिंह गैल जितने जो आज संधा हुए जगरूप सिंह संधु हेलो जगरूप सिंह संधु सानो फरोल्दू सिंह जगरूप सिंह संधु सानो सखदेव सिंह संधु खेतों वाले बलदेव सिंह मंगतू मिस्त्री स्वर्गवासी डीसी का कोई भी परिवारक मैंबर होवे सरदार अजय सिंह गिल सरदार अजय सिंह गिल सरदार बसंत सिंह संधु सानू सुखदेव सिंह संधु स्वर्गवासी ज्ञानी मगर सिंह जी मास्टर साहब हेलो डगरू अर्जस तवंडी भाई एक मिनट तो पहला पहला कपड़े उतार के ग्राउंड पहुंचे जगरूप सिंह संधु सानव सखदेव सिंह संधु ईसू वतन सरदार नार सिंह गहल कनेडा वाले हरजीत सिंह संधु साहब हरजीत आजा छठ कुर्सी का खेड़ा सारा दिन कुर्सी से बिठा रहना सरदार मलकीत सिंह गहल सरदार दर्शन सिंह गिल सरदार दर्शन सिंह गिल के पी एस गिल आओ जी आओ जी जसविंदर सिंह पंच जसविंदर सिंह मैंबर पंचायत सरदार कुलदीप सिंह गिल साबका पंच हीटर वाले डगरू वर्ज संवंडी भाई रजीवाल वर्ज समालक सूरत सिल्वर भंग झंडियन लंडे चंदड़ इंदगढ़ घोलिया कलां
ਗੱਲ ਖੁਰਦ ਤੇ ਡੋਲੀ ਭਾਈ ਡਗਰੂ ਤੇ ਤਲਵੰਡੀ ਭਾਈ ਨੂੰ ਇੱਕ ਮਿੰਟ ਦਾ ਟਾਈਮ ਦਿੱਤਾ ਜਾਣਾ ਨਹੀਂ ਦੋਨੇ ਸਕ੍ਰੈਚ ਕਰ ਦੇਣੀ ਹੈ। ਗੁਰਬਾਜ ਸਿੰਘ ਸਿੱਧੂ ਸਾਹਿਬ ਆਓ ਜੀ ਸਰਦਾਰ ਹਰਦੀਪ ਸਿੰਘ ਜੀ ਸਰਦਾਰ ਬਲਦੇਵ ਸਿੰਘ ਦਿਓਲ ਸਾਹਿਬ ਸਰਦਾਰ ਬਲਦੇਵ ਸਿੰਘ ਦਿਓਲ ਸਾਹਿਬ ਜਿੱਥੇ ਵੀ ਆਵਾਜ਼ ਸੁਣਦੇ ਹੋ ਤਲਵੰਡੀ ਭਾਈ ਵਾਲੇ ਮਾਸਟਰ ਕੁਲਵਿੰਦਰ ਸਿੰਘ ਜੀ ਮਾਸਟਰ ਕੁਲਵਿੰਦਰ ਸਿੰਘ ਸੁਰਿੰਦਰ ਸਿੰਘ ਗਿੱਲ ਸੈਕਟਰੀ ਸਾਹਿਬ ਆਓ ਜੀ ਆਪਣਾ ਇਨਾਮ ਪ੍ਰਾਪਤ ਕਰੋ। ਸਰਦਾਰ ਰੂਪ ਸਿੰਘ ਸੰਧੂ ਸਰਾਬ ਕਰਨੈਲ ਸਿੰਘ ਸੰਧੂ ਸਰਦਾਰ ਰੂਪ ਸਿੰਘ ਸੰਧੂ ਸਾਹਿਬ ਸਵਰਗਵਾਸੀ ਗਿਆਨੀ ਮਗਰ ਸਿੰਘ ਜੀ ਮਾਸਟਰ ਸਾਹਿਬ ਇਹਨਾਂ ਦਾ ਪਰਿਵਾਰਕ ਮੈਂਬਰ ਕੋਈ ਵੀ ਆਵੇ ਬਲਦੇਵ ਸਿੰਘ ਦਿਓਲ ਰੂਪ ਸਿੰਘ ਸੰਧੂ ਮਾਸਟਰ ਕੁਲਵਿੰਦਰ ਸਿੰਘ ਜੀ ਨਿਰਮਲ ਸਿੰਘ ਨਰੇਕਾ ਪ੍ਰਧਾਨ ਲਖਵੀਰ ਸਿੰਘ ਸੰਧੂ ਆਓ ਜੀ ਗੁਰਜੀਤ ਸਿੰਘ ਕਾਕਾ ਗੁਰਜੀਤ ਸਿੰਘ ਕਾਕਾ ਬਲਦੇਵ ਸਿੰਘ ਜੀ ਆਜੋ ਲਕਸ਼ਮਣ ਸਿੰਘ ਜੀ ਆਜੋ ਤੁਸੀਂ ਵੀ ਗੁਰਜੀਤ ਸਿੰਘ ਜੀ ਕਾਕਾ ਸਰਦਾਰ ਮਲਕੀਤ ਸਿੰਘ ਗਿੱਲ ਬਾਗੇ ਵਾਲ ਜੇ ਮਲਕੀਤ ਸਿੰਘ ਬਾਗੇ ਵਰਗੇ ਸਰਦਾਰ ਜਨਰਲ ਸਿੰਘ ਲਾਲਾ ਜੀ ਹਲੋ ਜੀ ਮਿਸਤਰੀ ਕੋਕਾ ਸਿੰਘ ਸਰਦਾਰ ਜਨਰਲ ਸਿੰਘ ਲਾਲਾ ਜਿਹੜੀ ਟੀਮ ਪਹਿਲਾਂ ਗਈ ਉਹਨੂੰ ਫਸਟ ਰੇਡ ਤਲਵੰਡੀ ਭਾਈ ਪਹੁੰਚ ਗਈ ਡਗਰੂ ਵਾਲਿਆਂ ਨੂੰ ਇੱਕ ਮਿੰਟ ਦੀ ਰਿਕੁਐਸਟ ਭਾਈ ਜੀ ਛੇਰੀ ਆ ਜਾਓ ਰੱਜੀ ਵਾਲਾ ਤੇ ਮੱਲਾ ਖਾਂ ਪੁਸ਼ਕ ਤੇ ਸ਼ੇਵਰ ਕੱਲ ਕਲਾਂ ਤੇ ਟਰੋਲੀ ਭਾਈ ਕੱਲ ਕਲਾਂ ਤੇ ਟਰੋਲੀ ਭਾਈ ਸਾਧੂ ਵਾਲਾ ਪੜਾਣਾ ਇਹ ਸ਼ੂਸ਼ਕ ਤੇ ਸੇਲਵਰ ਭੰਗ ਤੇ ਝੰਡਿਆਂ ਲੰਡੇ ਤੇ ਚੰਦੜ ਇੰਦਗੜ੍ਹ ਤੇ ਕੋਲੀਆ ਕਲਾਂ ਟੋਲਾ ਸਾਹਿਬ ਤੇ ਬਗੇਰਾ ਸਾਰੀਆਂ ਟੀਮਾਂ ਕੱਪੜੇਦਾਰ ਗਰਾਉਂਡ ਚ ਪਹੁੰਚ ਜਾਣ ਜਸਵਿੰਦਰ ਸਿੰਘ ਪੰਚ ਬੂਟੇ ਥੇ ਜਿਹੜੀ ਟੀਮ ਅਗਲੀ ਵੀ ਪਹਿਲਾਂ ਆਈ ਉਹਨੂੰ ਬਿੱਲੀ ਰੇੜਾ ਹੈਲੋ ਡਗਰੂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜੀ ਜਾਵੇ ਕਿਰਪਾ ਕਰਕੇ ਸਾਰੀਆਂ ਟੀਮਾਂ ਹੁਣ ਨੋਟ ਕਰ ਲੈਣ ਚੱਲਦੇ ਮੈਚ ਵਿੱਚ ਦੂਸਰੀਆਂ ਟੀਮਾਂ ਦਾ ਪੁੱਜਣਾ ਜ਼ਰੂਰੀ ਹੈ ਕਿਰਪਾ ਕਰਕੇ ਗਰਮੀ ਬਹੁਤ ਹੈ ਦਰਸ਼ਕ ਵੀ ਸਾਰੇ ਰਜੀਵੇ ਰੱਦ ਕਰਕੇ ਆਏ ਆ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਜਿਹੜਾ ਸਭ ਬੀਤ ਗਿਆ ਉਹ ਬੀਤ ਗਿਆ ਹੁਣ ਕੋਈ ਵੀ ਜਿਹੜੀ ਟੀਮ ਹੈ ਲੇਟ ਹੋਵੇ ਕਿਰਪਾ ਕਰਕੇ ਬਾਅਦ ਵਿੱਚ ਨਾ ਕੋਈ ਟੀਮ ਜਿਹੜੀ ਕੱਟ ਦਿੱਤੀ ਚੱਲਦੇ ਮੈਚ ਵੀ ਟੀਮਾਂ ਪੁੱਜਣੀਆਂ ਚਾਹੀਦੀਆਂ ਦੂਜਾ ਰਾਊਂਡ ਹੈ ਕਿਸੇ ਟੀਮ ਦਾ ਹੁਣ ਕੋਈ ਜਿਹੜਾ ਤਿਆਰ ਨਹੀਂ ਹੋਣਾ ਲਿਸਟ ਬੰਦ ਹੀ ਕਰਦੇ ਜਦ ਰਿਸਟ ਯਾਰ ਡਗਰੂ ਦੀ ਟੀਮ ਜਿਹੜੀ ਗਰਾਊਂਡ ਦੇ ਵਿੱਚ ਪੁੱਜ ਜਾਵੇ ਜਲਦੀ ਨਾਲ ਬਾਬਾ ਹਰੀਦਾਸ ਕਬੱਡੀ ਕੱਪ ਤਲਵੰਡੀ ਭਾਈ ਪੁੱਜ ਗਈ ਹੈ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਵਾਮੀ ਸ਼ੰਕਰਪੁਰੀ ਕਬੱਡੀ ਕਲੱਬ ਸਾਧੂ ਵਾਲਾ ਤੇ ਪੜਾਣਾ ਜੀ ਇਹ ਟੀਮਾਂ ਆਪਣੀਆਂ ਗਲੀਆਂ ਦੇ ਕੋਲ ਤਿਆਰੀਆਂ ਗਰਾਊਂਡਾਂ ਦੇ ਵੱਲ ਪੁੱਜਿਆ
ਵੈਸ਼ੀ ਲਾ ਕੇ ਕਿਸੇ ਖਿਡਾਰੀ ਨੇ ਗਰਾਊਂਡ ਦੇ ਵਿੱਚ ਨਹੀਂ ਪੁੱਜਣਾ ਗੁਰਮਸਿਆ ਮਾਂ ਵੀ ਵਿਸਰੇ ਕਮੇਟੀ ਦੀ ਨਾਉਣਾ ਡਾਕੂ ਦੀ ਟੀਮ ਨੂੰ ਇੱਕ ਮਿੰਟ ਦਾ ਸਮਾਂ ਜੇ ਪਹੁੰਚ ਗਈ ਤੇ ਨਹੀਂ ਆਹ ਟੀਮ ਨੂੰ ਅਸੀਂ ਵਾਕ ਦੇਣਾ ਜਲਦੀ ਨਾਲ ਜੀ ਟੀਮ ਡਗਰੂ ਦੀ ਪੁੱਜ ਜਾਵੇ ਗਰਾਊਂਡ ਵਿੱਚ ਡਾਕਰੂ ਬੀ ਦੀ ਟੀਮ ਹੈ ਮੈਂ ਬੇਨਤੀ ਕਰਦਾ ਹੈ ਸ੍ਰੀ ਗੁਰੂ ਮਹਾਰਾਜ ਸਾਹਿਬ ਬੜੀ ਕਲੱਬ ਦੀ ਟੀਮ ਹੈ ਉਹ ਗਰਾਊਂਡ ਵਿੱਚ ਪੁੱਜ ਜਾਵੇ ਬੜਾ ਤੇ ਮੇਜ਼ਬਾਨ ਦੀ ਟੀਮ ਸਾਧੂ ਆ ਉਹ ਇਸ ਤੋਂ ਅਗਲੇ ਮੈਚ ਲਈ ਟੀਮਾਂ ਤਿਆਰ ਰਹਿ ਗਈਆਂ ਰਜੀਵਾਲ ਤੇ ਬਾਬਾ ਹੀਰਾ ਦਾਸ ਕਬੱਡੀ ਕਲੱਬ ਮਾਲਾ ਉਸ ਤੋਂ ਬਾਅਦ ਸ਼ੂਸ਼ਕ ਤੇ ਸਿਲਵਰਾ ਭਾਂਗਰ ਵਸੂ ਝੜਿਆਣਾ ਹਰਗੋਬਿੰਦਪੁਰਾ ਲੰਡੇ ਬਾਬਾ ਮਹਾਰਾਜ ਦਾਸ ਕਬੱਡੀ ਕਲੱਬ ਚੰਦੜ ਔਰ ਐਂਦਗੜੇ ਘੋਲੀਆ ਕਲਾਂ ਚੋਲਾ ਸਾਹਿਬ ਤੇ ਬਘੇਲਾ ਜੀ ਡੋਲੀ ਭਾਈ ਤੇ ਆਜ਼ਾਦ ਕਬੱਡੀ ਕਲੱਬ ਕਲਾਂ ਦਾ ਮੈਚ ਹੈ ਚੌਥਾ ਇਹ ਵੀ ਟੀਮ ਆਪਣੀ ਗੱਡੀ ਕੋਲੇ ਤਿਆਰੀ ਕਰ ਲੈਣ ਟਾਈਮ ਕੀਪਰ ਨੂੰ ਮੇਰੀ ਬੇਨਤੀ ਦੇ ਵੀ ਇੱਕ ਮਿੰਟ ਲਾ ਲਓ ਜੋ ਅੱਧਾ ਮਿੰਟ ਬੀਤ ਗਿਆ ਅੱਧਾ ਮਿੰਟ ਹੀ ਬਾਕੀ ਹੈ ਡਗਰੂ ਦੀ ਟੀਮ ਲਈ ਡਗਰੂ ਦੀ ਟੀਮ ਦੌੜ ਕੇ ਗਰਾਊਂਡ ਵਿੱਚ ਪੁੱਜ ਜਾਵੇ ਕਿਰਪਾ ਕਰਕੇ ਜਲਦੀ ਨਾਲ ਉਧਰਲੇ ਬੰਨੇ ਪੰਜਾਬ ਲਾਈਵ ਨੰਬਰ ਬੰਦੇ ਜਿਹੜੀ ਸਾਡੇ ਵੀ ਪਾਲਵਾਰ ਜੀ ਯੂਐਸ ਵਿੱਚ ਬੈਠੇ ਕਬੱਡੀ ਦੇ ਨਾਲ ਮਾਣਦੇ ਹੈ ਨਵਤੇਜ ਮਹਾਰਾਜ ਜੀ ਰਿੰਪਾ ਰਾਜ ਜੀ ਜਾਂ ਗੱਜਣ ਵਾਲਾ ਤੇ ਕਰਮਈਆਂ ਵਾਲਾ ਉਹ ਵੀ ਆਨੰਦ ਮਾਣਦੇ ਕਬੱਡੀ ਦੇ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਔਰ ਮੁਕਾਬਲਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਕਬੱਡੀ ਦੇ ਖੇਡ ਮੈਦਾਨ ਵਿੱਚ ਅਗਲੀਆਂ ਟੀਮਾਂ ਲੇਟਣਾ ਹੋਣ ਚੱਲਦੇ ਮੈਚ ਵਿੱਚ ਪੁੱਜਣਗੇ ਸਵਾਮੀ ਸ਼ਕਤਾਪੁਰੀ ਕਬੱਡੀ ਕਲੱਬ ਸਾਧੂ ਵਾਲਾ ਤੇ ਪੜਾਣਾ ਇਹ ਉਸ ਤੋਂ ਬਾਅਦ ਮੈਂ ਬੇਨਤੀ ਕਰਾਂ ਹਰ ਰਾਏ ਕਬੱਡੀ ਕਲੱਬ ਡਾਕਰੂ ਤੇ ਜਿਹੜਾ ਮੈਚ ਸ਼ੁਰੂ ਹੋਣ ਜਾ ਰਿਹਾ ਤਲਵੰਡੀ ਭਾਈ ਦਾ ਰਜੀ ਵਾਲਾ ਤੇ ਮਾਲਾ ਜੀ ਡਰੋਲੀ ਭਾਈ ਤੇ ਕੱਲ ਜੀ ਇਹ ਟੀਮਾਂ ਚੌਥੇ ਮੈਚ ਦੀਆਂ ਹਾਂਜੀ ਡਗਰੂ ਦੀ ਟੀਮ ਗਰਾਊਂਡ ਵਿੱਚ ਪੁੱਜ ਜਾਵੇ ਰਜੀ ਵਾਲਾ ਮੇਰੀ ਬੇਨਤੀ ਯਾਰ ਬਹਿ ਜਾਓ ਇੱਕ ਮਿੰਟ ਡਗਰੂ ਦੀ ਟੀਮ ਹੈ ਆ ਜਾਓ ਦੌੜ ਕੇ ਗਰਾਊਂਡ 'ਚ ਜੇ ਰਜੀ ਵਾਲ ਦੀ ਟੀਮ ਦਾ ਮੈਚ ਅਗਲਾ ਹੈ ਤਾਂ ਤੁਸੀਂ ਬੈਠੋ ਸਾਈਡ ਤੋਂ ਕਿਰਪਾ ਕਰਕੇ ਬਾਹਰੀ ਲੈਣੋ ਬਾਹਰ ਬੈਠਣ ਦੀਆਂ ਅਗਲੀਆਂ ਟੀਮਾਂ ਪੁੱਜਣੀਆਂ ਸਾਧੂ ਦੀ ਟੀਮ ਵੀ ਸਾਨੂੰ ਨਾਲ ਹੀ ਦੱਸ ਦੇਵੇ ਤਲਵੰਡੀ ਭਾਈ ਤੇ ਡਗਰੂ ਦਾ ਮੈਚ ਸ਼ੁਰੂ ਕਰ ਦਿਓ ਜੀ ਸਾਧੂ ਵਾਲੇ ਦਾ ਗਗਨ ਜਾਂ ਘੋਣਾ ਸਾਡੇ ਵੀਰ ਗੁਰਬਾਜ ਜੀ ਨੂੰ ਮਿਲ ਲਵੇ ਕਿਰਪਾ ਕਰਕੇ ਮੁਕਾਬਲਾ ਸ਼ੁਰੂ ਕਰਵਾ ਦਿੱਤਾ ਜਾਵੇ ਜੀ ਬਾਸਤੀ ਤਕੜਾ ਦੂਜੇ ਰਾਮ ਹੈ ਪਹਿਲਾ ਮੈਚ ਠੀਕ ਆ ਜੀ ਪ੍ਰਾਈ ਦੀ ਟੀਮ ਗਰਾਊਂਡ ਵਿੱਚ ਨਾ ਆਵੇ ਉਹਨੂੰ ਜੇਤੂ ਕਰਾਰ ਆ ਜੀ ਕਿਉਂਕਿ ਜਦੋਂ ਇੱਕ ਟੀਮ ਨੇ ਨਾ ਆਉਣਾ ਹੋਵੇ ਤੇ ਦੂਜੀ ਟੀਮ ਇੱਕ ਮਿੰਟ ਅਸੀਂ ਫੇਰ ਵੀ ਦਿੰਦੇ ਹਾਂ ਘੋਣਾ ਜਾਂ ਗਗਨ ਆਪਣੀ ਰੈਸਲਾ ਕਰ ਲੈਣ ਜੇ ਮੈਚ ਖੇਡਣਾ ਮਾਰੀ ਵਿਸਲ ਗੁਰਮੁਖ ਸਿੰਘ ਮੈਚ ਸ਼ੁਰੂ ਕਰਾ ਦੇ ਗਗਨੀ ਜਾਂ ਟੀ ਸ਼ਰਟ ਉਤਾਰੋ ਪਹਿਲੀ ਗੱਲ ਤੁਹਾਡਾ ਮੈਕਲਾ ਤੁਸੀਂ ਰਾਜ ਜੀ ਸਾਈਡ ਤੇ ਹੋ ਕੇ ਬੈਠੋ ਜਿੱਥੇ ਜਗ੍ਹਾ ਮਿਲਦੀ ਹੈ ਅਰਜੀ ਵਾਲੇ ਸੋਨੇ ਨੌਜਵਾਨਾਂ ਇੱਕ ਸਾਈਡ ਇੱਧਰ ਆ ਜਾ ਉੱਧਰਲੇ ਬੰਨੇ ਆ ਜਾ ਕਿਰਪਾ ਕਰਕੇ ਚੱਲਦੇ ਮੈਚ ਦੇ ਵਿੱਚ ਦੂਸਰੀ ਜਿਹੜੀ ਟੀਮ ਹੈ ਉਹ ਸਾਈਡ ਤੇ ਬੈਠੇਗੀ ਤਲਵੰਡੀ ਵਾਲੇ ਹੋ ਇੱਥੇ ਆਓ ਯਾਰ ਸਾਈਡ ਲੈਣ ਤੇ ਆ ਡਗਰੂ ਵਾਲਿਆਂ ਨੂੰ ਮੇਰੀ ਬੇਨਤੀ ਹੈ ਇਹਨੂੰ ਕੀ ਲੈ ਜਾਂਦੇ ਹੋ ਇੱਧਰ ਆਓ ਇੱਥੇ ਮੈਚ ਹੋਣਾ ਹੈ ਜਿਹੜੇ ਵੀਰਾਂ ਨੇ 1100 ਰੁਪਏ ਦੀ ਮੈਕਸੈਸ ਕਬੱਡੀ ਟੂਰਨਾਮੈਂਟ ਲਿੱਤੀ ਹੈ ਕਿਰਪਾ ਕਰਕੇ ਉਹ ਵੀ ਆਪਣੇ ਮਾਣ ਸਨਮਾਨ ਲੈ ਲੈਣ ਸਾਰੇ ਖਿਡਾਰੀ ਕਬੱਡੀ ਦੇ ਪੂਰਨੇ ਪੜ ਚੁੱਕੇ ਆ ਸਾਰੇ ਜਾਣਦੇ ਆ ਕਿਰਪਾ ਕਰਕੇ ਜਲਦੀ ਨਾਲ ਆਉਣੀਆਂ ਦੋਵੇਂ ਟੀਮਾਂ ਜਿਹੜੀਆਂ ਸਿੱਟ ਲਾ ਲੈਣ ਰਜੀਵਾਲ ਦੀ ਟੀਮ ਰੰਡੋ ਬਾਹਰ ਹੋ ਕੇ ਬੈਠ ਗਈ ਬਾਉਂਡਰੀ ਲਾਈਨ ਤੋਂ ਬਾਹਰ ਨਿੱਕੇ ਵੀਰ ਬੈਠੋ ਮਾਫੀ ਚਾਹਾਂਗੇ ਤੁਹਾਡੇ ਤੋਂ ਤੁਹਾਡਾ ਸਤਿਕਾਰ ਹੈ ਇੱਕ ਸਾਈਡ ਹੋ ਕੇ ਬਹਿ ਜਾਓ ਰਜੀਵਾਲੇ ਦੀ ਟੀਮ ਪੁੱਜੀ ਹੈ ਬਾਬਾ ਹੀਰਾ ਦਾਸ ਕਬੱਡੀ ਕਲੱਬ ਵਾਲਾ ਪੜਾਣੇ ਦੀ ਟੀਮ ਪੁੱਜ ਗਈ ਗਰਾਊਂਡ ਵਿੱਚ ਖਿਡਾਰੀ ਹੁਣ ਕੀ ਦਿਸ ਗਿਆ ਯਾਰ ਸਾਰੀਆਂ ਤੁਰੀਆਂ ਹੋਣੀਆਂ ਉਹ ਇਹ ਤਾਂ ਗੱਡੀ ਨਹੀਂ ਚੱਲਣੀ ਪਹਿਲਾਂ ਕਿਹਾ ਬਾਜਾ ਦਿੱਤੀਆਂ ਵੀ ਆਹ ਟੀਮ ਆ ਜੇ ਆ ਜਾਵੇ ਸਤਿਕਾਰ ਕਰਦੇ ਹੁਣ ਜਿਹਦਾ ਮੈਚ ਹੈ ਉਹੀ ਉਹ ਟੀਮ ਗਰਾਊਂਡ ਦੇ ਵਿੱਚ ਹੋਵੇਗੀ ਬਾਕੀ ਜਿਹੜੀ ਬਾਉਂਡਰੀ ਲਾਈਨ ਤੋਂ ਕਲਵੰਦੀ ਆਪਣੀ ਟੀਮ ਨੂੰ ਬਿਠਾ ਲਓ ਧੰਨਵਾਦ ਕਰਦੇ ਹਾਂ ਪੜਾਣਾ ਇਹ ਪੁੱਜ ਗਈ ਹੈ
कबड्डी जगत जिस खिलाड़ी का अद सरकार नाम लिया जाता कुलवंत पठाना टीम लै पुजे ताड़िया मारो दर्शकों एक बार जोरदार ताड़ी मारो मुकाबला शुरू है पहली जड़ी कबड्डी है पटोरी पिंड मोने ने पाई है सारे की टीम ग्राउंड मेरी बेनती है जिन्होंने खेडना है पढ़ाना पुज गई है पहली जड़ी कबड्डी है सांझ या पंट बह जाओ बेनती सोने वीर मैं बार बार यार कहना चंगा नहीं लगता एक साइड होकर बह जाओ दर्शक वीर बड़ा रौला पाते हैं कृपा करके बाउंड्री लाइन तो बाहर बैठना जिहड़ियां टीमां पुजियां ग्राउंड विच एक एक रैफरी लैंडमैन गया जी कृपा करके तो देखो गुरदीप सिंह जी इधरले बने दयालपुर का देव है नाल मंसूरवाल का बूटा है और आ गबरू कहिंदे वी अमसरिया गबरू कबड्डी पांदा होया दूसरे बने मैं देखदा वी मुकाबला तलवंडी भाई दे दो जाफी धुमा पाई फिरदे है चल वी हरदयाल सिंह पावी ना जो ना कबड्डी रैफरी दो दो लग जाण जी करके इधर एक लैंडमैन आ जा मेरी बेनती है सरदार साधु सिंह लई केडे मामले दी गल है दर्शक जी दो पुत कबड्डी खेडते हैं अज दोही इस कबड्डी टूरनामेंट के खेड लई पुजे है अल भी नौजवाना आ भी मुंडा अमर सैया सामने कबड्डी पाउण लई वाधा होया और ਨਹੀਂ ਭਾਗੋ ਦਾ ਪਿੰਡ ਜਬਾਲ ਜਿੱਥੇ ਬੀਬੀ ਵੀਰੋ ਦੀਆਂ ਗੱਲਾਂ ਹੁੰਦੀਆਂ ਰਸ਼ਪੀਰੋ ਉਹ ਏਰੀਏ ਦਾ ਖਿਡਾਰੀ ਕਬੱਡੀ ਪਾਉਂਦਾ ਵੱਡੀ ਦੇ ਖੇਡ ਮੈਦਾਨ ਵਿੱਚ ਨਗਰੂ ਦੀ ਤਰਫੋਂ ਭੀਮ ਦੀ ਪਾਈ ਹੋਈ ਵੱਡੀ ਹੈ ਕਿਆ ਜਾਫੀ ਹੈ ਉਧਰਲੇ ਬੰਨੇ ਕਹਿੰਦੇ ਵੀ ਪੰਜਾਬ ਦਾ ਤੀਜੇ ਨੰਬਰ ਦਾ ਜਾਫੀ ਡਿਕਲੇਅਰ ਕੀਤਾ ਗਿਆ ਬਿੱਲਾ ਗਗੜੇ ਦੀ ਤੀ ਦਾ ਇੱਕ ਪੁਆਇੰਟ ਤੇ ਇੱਕ ਬੁੱਟ ਮਿਲਿਆ ਰਸ਼ਪੀਰੋ ਉਧਰਲੇ ਬੰਨੇ ਤਵੰਡੀ ਭਾਈ ਦਾ ਕਹਿੰਦੇ ਲਾਲੇ ਦਾ ਭਤੀਜਾ ਸਾਹਮਣੇ ਕਹਿੰਦੇ ਵੀ ਬਹੁਤ ਤਕੜਾ ਖਿਡਾਰੀ ਹੈ ਔਰ ਬਹੁਤ ਹੀ ਤਕੜਾ ਜਫਾ ਲਾ ਦਿੱਤਾ ਵੜਦਾ ਇਹ ਖੁਸ਼ੀ ਕਦੇ ਗਿੱਟੇ ਯਾਰ ਵੜਦਾ ਔਰ ਸਾਹਮਣੇ ਸਰਪੀਏ ਦੇ ਮਾਨ ਸਨਮਾਨ ਆ ਗਗਨੇ ਲਈ ਹੈ ਆ ਫੜ ਲਓ ਮੇਰੀ ਬੇਨਤੀ ਹੈ ਗੁਰਬਾਸ ਸਿੰਘ ਵੀ ਖਿਡਾਰੀਆਂ ਦੇ ਪੈਸੇ ਮੈਂ ਖਿਡਾਰੀਆਂ ਨੂੰ ਦੇਣੇ ਮੈਨੂੰ ਨਹੀਂ ਫੜਾਉਣੇ ਕਿਰਪਾ ਕਰਕੇ ਇਹ ਜਿਹੜੀ ਜ਼ਿੰਮੇਵਾਰੀ ਤੁਸੀਂ ਸਾਂਭ ਲਓ ਖਿਡਾਰੀਆਂ ਦੇ ਪੈਸੇ ਖਿਡਾਰੀਆਂ ਨੂੰ ਇੱਕ ਬੰਨੇ ਤਲਵੰਡੀ ਭਾਈ ਦਾ ਹੀਰਾ ਉਧਰਲੇ ਬੰਨੇ ਦੇਖਦੇ ਆ ਤੈਨੂੰ ਕੀ ਆਖਾਂ ਮੈਂ ਹੀਰਿਆ ਜਿੰਦ ਸੋਚਾਂ ਵਿੱਚ ਮੜ ਗਿਆ ਵੇ ਖੜੀ ਸਟੇਸ਼ਨ ਤੇ ਰਹਿ ਗਿਆ ਆ ਤੂੰ ਗੱਡੀ ਚੜ ਗਿਆ ਵੇ ਆ ਜਿਹੜਾ ਪੁਆਇੰਟ ਹੈ ਹੀਰੇ ਦਾ ਉਧਰਲੇ ਬੰਨੇ ਲੈ ਵੀ ਵੇਲਿਆ ਇਹ ਉਹੀ ਉਹ ਜਾਫੀ ਆ ਜਵਾਨਾ ਕਹਿੰਦੇ ਵੀ ਭਾਈ ਝਾੜੂ ਸਾਹਿਬ ਦੀ ਧਰਤੀ ਵਲਟੋ ਇੱਕ ਵਾਰੀ ਪਾਈਆਂ ਆਹੀ ਚੰਦ ਉੱਪਰ ਕਹਿੰਦੇ ਵੀ ਟਾਵਾਂ ਜਾਂ ਜਫਾ ਲਗਾ ਇਹ ਖਿਡਾਰੀ ਨੂੰ ਆ ਸਾਹਮਣੇ ਮੱਗੇ ਦੀ ਪਾਈ ਕਬੱਡੀ ਖੇਡ ਮੈਦਾਨ ਵਿੱਚ ਦੇਖਦੇ ਆ ਆਉਣ ਜਾਫੀ ਹੱਥ ਅੱਗੇ ਬਲੂਗੇ ਦਾ ਅੱਗਾ ਚੋਟੀ ਦਾ ਖਿਡਾਰੀ ਕੀ ਕਹਿਣ ਯਾਰ ਮੱਗਾ 287 ਕੋਸ਼ਿਸ਼ ਕੀਤੀ 112 ਜਫੇ ਲਾਇਆ ਡਗੜੇ ਪਿੰਡ ਦੇ ਬਿੱਲੇ ਨੇ ਔਰ ਰਿਕਾਰਡ ਪੈਦਾ ਕੀਤਾ ਨੌਜਵਾਨ ਨੇ ਤਿੱਦ ਕਹਿੰਦੇ ਤੀਜੇ ਨੰਬਰ ਦਾ ਸਥਾਨ ਕਹਿੰਦੇ ਵੀ ਜਾਫੀ ਦਾ ਨਾਮ ਲਿਖਾਇਆ ਉਧਰਲੇ ਬੰਨੇ ਪੰਡੋਰੀ ਪਿੰਡ ਦੇ ਮੋਨੇ ਦੀ ਪਾਈ ਹੋਈ ਕਬੱਡੀ ਖੇਡ ਮੈਦਾਨ ਵਿੱਚ ਇਹ ਵੀ ਰਜਿੰਦਰ ਵੈਲੀ ਦੀ ਟੀਮ ਲਈ ਕਬੱਡੀ ਦੇ ਮੈਚ ਖੇਡਦਾ ਮਸ਼ਹੂਰ ਹੋਇਆ ਉਧਰਲੇ ਬੰਨੇ ਕਬੱਡੀ ਖੇਡ ਮੈਦਾਨ ਵਿੱਚ ਕਹਿੰਦੇ ਵੀ ਪੰਗਾ ਕਿਸ ਨਾਲ ਹੈ ਇੱਕ ਬੰਨੇ ਰਾਣੀ ਬਲਾਕ ਪਿੰਡ ਦਾ ਤੋਤਾ ਲੱਤੀ ਲੱਗਣ ਦੀ ਕੋਸ਼ਿਸ਼ ਕਰਦਾ ਇੱਕੋ ਰੰਗ ਇੱਕੋ ਸ਼ੀਰ ਲੱਗੀ ਹੋਈ ਤਾਂ ਆ ਦੇਖੋ ਰਸ਼ਪੀਰੋ ਬੜੀ ਜ਼ੋਰ ਦੀ ਇੱਥੇ ਰੱਖ ਮੁਕਾਬਲਾ ਸੱਤ ਹੈ ਆ ਜਿਹੜਾ ਪੁਆਇੰਟ ਹੈ ਅੱਗੇ ਕਹਿੰਦੇ ਜਾਣ ਲੱਗੀ ਹੈ ਗੁਰਦੀਪ ਸਿੰਘ ਜੀ ਪ੍ਰਧਾਨ ਮੋਰੀ ਦੇ ਮੋਨੇ ਲਈ 100 ਰੁਪਏ ਦੇ ਮਾਨ ਸਨਮਾਨ ਭੇਜਦੇ ਆ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿੱਤਰੂ ਬੜੇ ਮੇ ਖਾਣੀ ਤੇ ਡਾਂਗ ਉੱਤੇ ਡੇਰਾ ਚੜਦਾ ਇਸ ਗੱਲ ਝੂਠ ਨਾ ਜਾਣੀ ਲੈ ਵੀ ਪਹਿਲੇ ਫਰਖਾਂ ਤਿਆਰੀ ਨੌਜਵਾਨਾਂ ਇੱਕ ਨੇ ਤਲਵੰਡੀ ਭਾਈ ਦਾ ਬਟਾ ਤੇ ਥਾਪੀਆਂ ਮਾਰਦਾ ਤੇ ਆਹ ਜਿਹੜਾ ਪੁਆਇੰਟ ਆ ਭੀਮ ਦਾ ਚੱਲ ਵੀ ਨੌਜਵਾਨਾਂ ਇਧਰਲੇ ਬੰਨੇ ਇੱਕ ਭੀਮ ਜੀ ਦੇ ਹੱਥ ਲਾਏ ਵਾਸ ਨਹੀਂ ਆਏ ਔਰ ਆਹ ਭੀਮ ਚੱਲ ਵੀ ਨੌਜਵਾਨਾਂ ਭਾਵੇਂ 10 ਬਾਵੇ ਰੇਡਾ ਭਾਵੇਂ ਪਾਵੇ ਕੱਲੀ ਕੈਰੀ ਦਰਸ਼ਕਾਂ ਦੀ ਅੱਖ ਰਹਿੰਦੀ ਇਹਦੇ ਉੱਤੇ ਠਹਿਰੀ ਗਿਆਸ ਕੈਨੇਡਾ ਨਾਮ ਮਿਲ ਗਿਆ ਹੈਰੀ ਚੋਟੀ ਦਾ ਖਿਡਾਰੀ ਔਰ ਬੰਦਾ ਬੜਾ ਲਹਿਰੀ ਆਏ ਹਰਦਿਆਲ ਹਰਦਾਸੇ ਦਾ ਕਬੜੀ ਪਾਹ ਦੇ ਵੱਲ ਪਰਦਾ ਹੋਇਆ ਕਹਿੰਦਾ ਵੀ ਆਪਣਾ ਵਾਲਾ ਕਮਿਕਰ ਹੁਣ ਮਨ ਕਰਦਾ ਹੈ ਕਹਿੰਦਾ ਵੀ ਮੇਰੀ ਜਿੰਦ ਜਾਣਾ ਹਰਦਿਆਲ ਹਰਦਾਸ ਦਾ ਤੇ ਭਾਵੇਂ ਗੱਲ ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਗੋਲੰਦੀ ਆਉਂਦੇ ਕਬੱਡੀ ਕੱਪ ਦੇ ਮੋਟਰਸਾਈਕਲ ਦਿੱਤੇ ਜਾਣੇ ਆ ਇਹਨਾਂ ਚੋਂ ਚੌਹਾਂ ਖਿਡਾਰੀਆਂ ਨੂੰ ਦਰਸ਼ਕੀ ਦਿਓ ਆ ਮੈਂ ਦੇਖਦਾ ਵੀ ਖੇਡ ਮੰਦ ਵਿੱਚ ਕਬੱਡੀ ਦੀ ਮਾਗੇ ਦੀ ਨਾਲੇ ਦੇ ਉੱਪਰ ਟੈਟੂ ਬਣਾਇਆ ਮਲੇਸ਼ੀਆ ਤੋਂ ਮਾ ਪਾਉਣ ਵਾਲਾ ਹੈ ਉਧਰਲੇ ਬੰਨੇ ਮਾਰੀ ਜੀ ਛਾਲ ਇੱਕੋ ਜੇ ਗੱਦ ਸਰੀਰ ਵੱਖੋ ਵੱਖਰੇ ਤਾਕਤਾਂ ਵੱਖੋ ਵੱਖਰੀਆਂ ਲੈ ਉਹ ਤਲਵੰਡੀ ਭਾਈ ਵਾਲਿਆ ਆਏ ਤਲਵੰਡੀ ਭਾਈ ਦਾ ਕਹਿੰਦੇ ਵੀ ਲਾਲ ਉਧਰਲੇ ਬੰਨੇ ਉਹਦਾ ਪੁੱਤ ਦੁਨੀਆ ਦਾ ਹੀਰਾ ਕਹਿੰਦੇ ਵੀ 25,000 ਦਾ ਰਕਾਬ ਪੈਦਾ ਕੀਤਾ ਹੈ ਜਫੇ ਲਾ ਕੇ ਤੇ ਉਧਰਲੇ ਬੰਨੇ ਪ੍ਰੇਮਰਾਜ ਜੀ ਪੁੱਜੇ ਮਹੀਆਂ ਵਾਲੇ ਪਿੰਡ ਤੋਂ ਜਿੱਥੇ ਕਹਿੰਦੇ ਵੀ ਕਬੱਡੀ ਨੂੰ ਅਲਵਿਦਾ ਕਹਿ ਦਿੱਤੀ ਉਧਰਲੇ ਬੰਨੇ ਹੀਰੇ ਦੀ ਪਾਈ ਹੋਈ ਕਬੱਡੀ ਹੈ ਖੇਡਾਂ ਵਿੱਚੋਂ ਖੇਡ ਬੱਜੀ ਨੂੰ ਅੱਖ ਦੇ ਕਬੱਡੀ ਫੇਰ ਕਹਿੰਦੇ ਵੀ ਮੁਕਾਬਲਾ ਉਸੇ ਖਿਡਾਰੀ ਨਾਲ ਹੈ ਇੱਕ ਬੰਨੇ ਗੁਰਸੇਵਕ ਸਿੰਘ ਤੋਂ ਉਧਰਲੇ ਬੰਨੇ ਟੂਰਨਾਮੈਂਟ ਕਮੇਟੀ ਵੱਲੋਂ 100 ਰੁਪਏ ਦੇ ਮਾਨ ਦੋ ਟੀਮਾਂ ਲਈ ਦਿੱਤੇ ਜਾ ਰਹੇ ਹੈ ਚੱਲ ਵੀ ਨੌਜਵਾਨਾਂ ਸਹਿਰ ਕਮਾਲ ਸਾਹਿਬ ਸ੍ਰੀ ਗੁਰਸਾਹਿਬ ਦਾ ਸਾਜਿਆ ਹੋਇਆ ਖਾਤਾ ਇਹਦੇ ਬੰਨੇ ਝਬਾਲ ਦਾ ਗੱਭਰੂ ਕਬੱਡੀ ਪਾਉਣਾ ਮਾਈ ਪਾਪਾਂ ਨੂੰ ਲੜੀ ਨਾ ਮੈਦਾਨ ਆਤਾ ਤੇ ਗੁਜਰੀ ਦੇ ਵਾਂਗੂ ਕਿਸੇ ਲਾਲਾ ਨੂੰ ਪੜਾਉਣਾ ਨਹੀਂ ਬੰਦਾ ਸਿੰਘ ਬਹਾਦਰ ਵਾਂਗੂ ਉਜਾੜੀ ਨਾ ਸਰਹੰਦ ਕਿਸੇ ਸੀਸ ਬਾਬਾ ਦੀਪ ਸਿੰਘ ਨੂੰ ਤਲੀ ਤੇ ਟਿਕਾਉਣਾ ਆਏ ਗੱਭਰੂ ਝਬਾਲ ਦਾ ਸਾਹਮਣੇ ਕਹਿੰਦੇ ਵੀ ਜਦੋਂ ਹਕੀਕਤ ਤੋਂ ਪੱਟੀ ਤੇ ਪੱਟ ਤੋਂ ਭਿਖੀ ਪਿੰਡ ਤੇ ਭਿਖੀ ਪਿੰਡ ਤੋਂ ਝਬਾਲ ਜਾਂਦੇ ਆ ਬਾਬਾ ਬੁੱਢਾ ਸਾਹਿਬ ਦੇ ਲਾ ਕੇ ਪਿੰਡ ਸੁਣਾ ਜਾਣ ਗੱਭਰੂ ਦਾ
अगली कबड्डी हरदयाल दी कबड्डी दे खेड मैदान विच पैंदी होई। लाओ जी उधरले पर तलवंडी दा रमणा दो जफे लगातार ला देवे कहंदे भी मान सम्मान 500 रुपए दा गुरबाज नहीं आखदे भी दिता जाण आ भी नौजवान उधरले बने गीते कोटपुर दा बड़ा मान सम्मान बुलट मोटरसाइकिल ना धन्ना जी दी धरती ते होना नाल सोखा सेखवान दा उस खिडारी नूं भी बुलट मोटरसाइकिल धन्ना जी दे कबड्डी कप दित्ता जाणा। क्या जिहड़े प्लेयर बाहर दे खेडणे आ 31 तरीक नूं बड़ा कहंदे 41 ते 55 हज़ार रुपया प्राइज ते वाश मशीनां दित्तियां जाणगियां। 25 तरीक जिहड़ी माड़े जवार सिंह वाले दी है 21 ते 31 प्राइज है। चार प्लेयर बाहर दे खेडणे आ ला उहदे बिने बल्ले बिल नाल फिर मुकाबला कबड्डी दे खेड मैदान विच डबल टैक देव दयालपुरिया कई नौजवान कहंदे भी वर्ल्ड कबड्डी कप विच अपनी जिम्मेवारी निभाया बैजो टीमां नूं मेरी बेनती है कलवंत जी नूं बिठाओ बाजे वीर बैजो हिंदी थले बैजो भरा जी टुटा लै लै पैंदा लोग बाजा मलण दा बड़ा तरीका जिहनूं यारो तवी ठलण दा इक बन्ने मोना पंडरी दा दूसरा ने देखदे आ अज जिस कहंदे भी सत्कारयोग शख्सियत ने इह नाते नूं कबड्डियां बरीकियां सिखाईयां गल शुरू होई मेहर सिंह वाले पिंड तों जदों मोने ने कबड्डी खेडणी शुरू कीती मेहर सिंह वाले दा लखा उधरले बन्ने डीपी होरी जिंदगी दे अजीज ने नौजवान लई ते कबड्डी भीम दी बैजो मेरी बेनती वेखो दर्शक वीर बड़ा राह पाउंदे आ सजना पे रे शहर वाली सानू किन्नी टंगी लगदी दुपहर पता नहीं क्यों मोह आई जावे भावे साडे मचे ने पैर कबड्डी हुणे खेडणी शुरू की है आ अंबरिए गभरू ने ते चल भी हीरे आ कबड्डी लिशक दे पिंड पैण पड़ा विच घुगियां साना वाले भेड़ा विच ताकतां ने गुझियां वड्डा कट्ठ है अज दर्शक वीरां दा उधरले बन्ने कबड्डी हीरे दीआं चिट्टियां कपाह दीआं फुरियां वर्गी धुप्प है ला सामने मुकाबला फेर माझे मजैल नाल है क्वांट जिहड़ा इस एरिए विच राणे वंज दा पिंड कपाले साध दीआं गल्लां राल चाल उत्थे पिंड है सड़ारी दा चल भी नौजवान जिथे जम्मे भगत सरदार यार मैं उत्थों दा जिथे कौड़ा सरदार यार मैं उत्थों दा आई मग्गे दी कबड्डी खेड मैदान विच पाला जलालपुरिया उत्थे खेड़दा इस साल लाओ सामने मग्गा कबड्डी भारे है कबड्डी दे खेड मैदान विच तलवंडी वाले जे दो जफे लाउणा है गुरबाज सिंह जी आखदे है भी 500 रुपया दित्ता जाणा है नौजवाना इक बन्ने रामणा आओ सामने देखांगे भी गगन ते मुकाबला फिर होया कबड्डी दे खेड मैदान विच मालवा कबड्डी क्लब दी तरफों हैलो आवी हरदयाल पाई नौजवाना कबड्डी लोग कोई हरदयाल आखदा कि हैरी आखदा कबड्डी दे खेड मैदान विच देखदे आ बोतियां वाले दा कलिंदर काला मान कदा भावे गल करिए सरदार मंगल सिंह जी यूएसए दी ते भावे तेज टोहे दी बड़े मान सम्मान दिते I-20 गड्डी दे अधिकारी नूं भी नौजवाना भी चिट्टा रुमाल बन्नया होया कबड्डी दे खेड मैदान विच आवी गबर गुरु तेग बहादुर नूं लगे कहण पंथ कश्मीर दी साडे जंगू लारा के कहंदा आरजे वखी नहीं दीन कबूल नहीं चक लंडा डेरा सरबंस दानिया वे देना कौन देगा तेरा आ देखो दर्शको उधरले बने एक बन्ने भीम है दूसरे बन्ने रमणा है लै भी बासिया ना जवाना एक जफा लग गया कली वाला वीर लैणा दे उपर गली पा जावे दो जफे लगातार लंदा है कहंदे भी 500 रुपए दे मान सम्मान है चल भी पड़ोरी पिंड वाले आ पा भी कबड्डी खेड मैदान विच छाल मारे टच नाल मारे कह भी टच चोरी दा खेड़ा मशहूर हो गया मुंडा कहंदे पिंड पंडोरी दा आ गबरू देखदे भी खेड मैदान विच मुल पाया जी मां दी लोरी दा गबरू कहंदे भी मोन कबड्डी पा रहे है उधरले बने डबल टैक चुका टैक्निकल पॉइंट साधु वाले दी टीम ने जे खेडना तां ग्राउंड विच पुज जावे कृपा करके बाबा हीरा दास कबड्डी क्लब माले दी टीम जल्दी ना कबड्डी दे खेड मैदान विच पुज जावे ਕਿਉਂਕਿ ਇਸ ਤੋਂ ਅਗਲਾ ਮੈਚ ਜੇ ਸਾਧਵਾਲ ਦੀ ਟੀਮ ਨਹੀਂ ਖੇਡਦੀ ਤੇ ਉਹਨਾਂ ਦਾ ਹੋਏਗਾ ਤਾਂ ਦੂਸਰਾ ਜਫਾ ਮੈਂ ਲਿਖਦਾ ਵੀ ਜੇ ਲੱਗ ਜਾਂਦਾ ਤੇ 500 ਰੁਪਏ ਦੇ ਮਾਨ ਸਨ ਹੋਣੇ ਸੀ ਲਿਆ ਇਹ ਉਹੀ ਹੋ ਜਾ ਰੇਡਰ ਹੈ ਨੌਜਵਾਨ ਸਾਹਮਣੇ ਕਹਿੰਦੇ ਵੀ ਕੋਟ ਧਰਮ ਚੰਦ ਵਾਲਾ ਮੱਘਾ ਜਿਹੜਾ ਕਬੱਡੀ ਭਾ ਕਿਉਂਕਿ ਮੱਝ ਦੇ ਸਭ ਤੋਂ ਜਿਹੜੇ ਬਾਅਦ ਮੈਚ ਖੇਡੇ ਆਈ ਟੀਮ ਨੇ ਖੇਡਿਆ ਸਾਵਾਂ ਦੇ ਸਾਹਮਣਾ ਮੈਚ ਖੇਡੇ 3 ਮੈਚ ਹਰੀ ਹੈ ਸਾਹਮਣੇ 97 ਮੈਚ ਜਿੱਤ ਗਏ ਇਹ ਵੀ ਮੱਝ ਵਿੱਚ ਰਿਕਾਰਡ ਪੈਦਾ ਕੀਤਾ ਇਹੀ ਟੀਮ ਨੇ ਜਿਹੜੀ ਅੱਜ ਖੇਡਦੀ ਹੈ ਕਬੱਡੀ ਦੇ ਖੇਡ ਮੈਦਾਨ ਵਿੱਚ ਨਾਲ ਵਕੀਲਾਂ ਦਾ ਸੋਨੀ ਉਧਰਲੇ ਬੰਨੇ ਪੜਾਣੇ ਦਾ ਜਗਵੀਰ ਤੇ ਖੋਸਿਆਂ ਬੀਤਾ ਪੂਰਾ ਸੀਜ਼ਨ ਗਰਮੀਆਂ ਦਾ ਖੇਡੀ ਹੈ ਉਧਰਲੇ ਬੰਨੇ ਆਸ ਵੀ ਗਬਰੂਆ ਪੁਆਇੰਟ ਜਿਹੜਾ ਉੱਠ ਵੀ ਅੰਕ ਹੈ ਤਵੰਡੀ ਭਾਈ ਦੀ ਟੀਮ ਦੇ ਹਿੱਸੇ ਲਾਲੇ ਦਾ ਨਾਮ ਕਬੱਡੀ ਜਗਤ ਵਿੱਚ ਆਦਰ ਸਤਿਕਾਰ ਨਾਲ ਲਿਆ ਜਾਂਦਾ
ਨਵਦੀਪ ਡੀ ਭਾਵੇਂ ਅੱਜ ਕੈਰੀ ਬੈਠਾ ਸਾਹਮਣੇ ਦੇਖਦੇ ਵੀ ਪ੍ਰਮੋਟ ਕਰਦਾ ਕਬੱਡੀ ਨੂੰ ਅਗਲੀ ਜਿਹੀ ਕਬੱਡੀ ਪੈਂਦੀ ਹੈ ਮਹਾਬਲੀ ਰਣਦੀਪ ਸਿੰਘ ਜੇ ਜਾਣਦਾ ਰਹਿੰਦਾ ਤੇ ਕਿਹਦੀ ਹਸਤੀ ਵਾਲਾ ਖੋ ਨਨਕਾਣਾ ਲੈ ਜਾਂਦਾ ਡਬਲ ਟੈਗ ਤੋਂ ਫਿਰ ਜਿਹੜਾ ਉਧਰਲੇ ਬਣੇ ਕਹਿੰਦੇ ਵੀ ਦੋ ਨੰਬਰ ਤੋਂ ਵੱਧ ਪੁਸ਼ ਮਾਰੀ ਹੈ ਪੁਆਇੰਟ ਜਿਹੜਾ ਯਾਫੀ ਦੇ ਇਸੇ ਜੁੜਦਾ ਹੋਇਆ ਟੀਮਾਂ ਵਾਲੀ ਦਾ ਕਬੱਡੀ ਕੱਪ ਕਹਿੰਦੇ ਵੀ ਤਲਵੰਡੀ ਭਾਈ ਦੇ ਗਗਨ ਨੇ ਦਿਲ ਦੇ ਵਿੱਚ ਵਸਾ ਲਿਆ ਅੱਜ ਜਿੱਥੇ ਕਲਵੇਜਰ ਕਲੂਰ ਦੀ ਧਰਮਪਾਲ ਸਿੱਧੂ ਦੀ ਹੁੰਦੀ ਹੈ ਤੇ ਮਾਣ ਸਨਮਾਨ ਬੁਲਟ ਮਿਲੇ ਹੈ ਇਹ ਨੌਜਵਾਨ ਗੱਭਰੂ ਨੂੰ ਹਰਦਾਲ ਦੋ ਘੱਟ ਤੁਰਨਾ ਪਤਲਾ ਮੜਕ ਦੇ ਨਾਲ ਕਬੱਡੀ ਕਹਿੰਦੇ ਬੜੀ ਜੀਦਾਰੀ ਦੀ ਬੜੀ ਜਾਨ ਦੀ ਕਬੱਡੀ ਹੈ बैठा उस नौजवान ने भी तने शहीद कबड्डी कप बह जा बह जा करवा दी कबड्डियां पा पा के उधरले बन्ने मगे की पाई हुई कबड्डी तकीए गुंदिया शरीर दरमियाना जा कद है अंग्रेज बेला फुखराने का वह भी अपने जुड़ा और मौका मिले मलेशिया खेडन का पहला कहते भी रुपया की खेड खेडी नौजवान ने आ भी पंडोरी पिंड वाले कहते हरदयाल की सियाफ बड़ी काम दिंदी है ਜੇਤੂ ਟੀਮ ਹੈ ਪਰ ਉਧਰਲੇ